ਪਿੰਡ ਮੁੱਲਾਪੁਰ ਕਲਾਂ ਵਿਖੇ ਇੱਕ ਨੌਜਵਾਨ ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਔਰਤ ਸਣੇ 3 ਗ੍ਰਿਫਤਾਰ। ਪਿੰਡ ਮੁੱਲਾਪੁਰ ਕਲਾਂ ਵਿਖੇ ਇੱਕ ਨੌਜਵਾਨ ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਔਰਤ ਸਣੇ 3 ਵਿਅਕਤੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਏ ਜਾਣ ਦਾ ਸਮਾਚਾਰ ਹੈ। ਥਾਣਾ ਸਰਹੱਦ ਦੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਹੈ ਕਿ ਪਿੰਡ ਮੁੱਲਾਪੁਰ ਕਲਾਂ ਦੀ ਬਜ਼ੁਰਗ ਔਰਤ ਭਜਨ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹਨਾਂ ਦੇ ਗਵਾਂਢ ਵਿੱਚ ਰਹਿੰਦੇ ਰਾਏ ਸਿੰਘ ਅਤੇ ਗੁਰਨਾਮ ਸਿੰਘ ਨੂੰ ਸ਼ੱਕ ਸੀ ਕਿ ਉਸਦੇ ਪੁੱਤਰ ਮਨਦੀਪ ਸਿੰਘ ਦੇ ਗੁਰਨਾਮ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਹਨ, ਜਿਸ ਨੂੰ ਲੈ ਕੇ 2-3 ਦਿਨ ਪਹਿਲਾਂ ਰਾਏ ਸਿੰਘ ਗੁਰਨਾਮ ਸਿੰਘ ਅਤੇ ਹਰਪ੍ਰੀਤ ਕੌਰ ਵੱਲੋਂ ਉਸਦੇ ਲੜਕੇ ਮਨਦੀਪ ਸਿੰਘ ਉਰਫ ਸੋਨੀ ਨਾਲ ਤਕਰਾਰ ਕਰਦੇ ਹੋਏ ਉਸ ਨੂੰ ਧਮਕਾਇਆ ਗਿਆ ਕਿ ਉਹ ਮਨਦੀਪ ਸਿੰਘ ਦੀ ਭਰੀ ਪੰਚਾਇਤ ਵਿੱਚ ਬੇਇੱਜ਼ਤੀ ਕਰਨਗੇ ਅਤੇ ਸਭ ਦੇ ਸਾਹਮਣੇ ਉਸ ਤੋਂ ਮੁਆਫ਼ੀ ਮੰਗਵਾਉਣਗੇ, ਜਿਸ ਨੂੰ ਲੈ ਕੇ ਮਨਦੀਪ ਸਿੰਘ ਉਰਫ ਸੋਨੀ ਬਹੁਤ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਬੇਇੱਜ਼ਤੀ ਨਾ ਸਹਾਰਦੇ ਹੋਏ ਉਸਨੇ ਘਰ ਵਿੱਚ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਉਹਨਾਂ ਦੱਸਿਆ ਹੈ ਕਿ ਇਸ ਸੰਬੰਧੀ ਥਾਣਾ ਸਰਹੰਦ ਵਿਖੇ 306-34 IPC ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿੱਚ ਰਾਏ ਸਿੰਘ, ਗੁਰਨਾਮ ਸਿੰਘ ਅਤੇ ਹਰਪ੍ਰੀਤ ਕੌਰ ਨੂੰ ਨਾਮਜ਼ਦ ਕਰਦੇ ਹੋਏ ਰਾਏ ਸਿੰਘ ਅਤੇ ਗੁਰਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਹਰਪ੍ਰੀਤ ਕੌਰ ਦੀ ਭਾਲ ਜਾਰੀ ਹੈ। ਕੱਲ੍ਹ ਇੱਕ ਲੜਕਾ ਸੀ ਜਿਹੜਾ ਹਰਭਜਨ ਕੌਰ ਨੇ ਆਪਣਾ ਬਿਆਨ ਲਿਖਾਇਆ ਕਿ ਉਹਦਾ ਲੜਕਾ ਸੀ ਮਨਦੀਪ ਸਿੰਘ ਈਲੀਅਸ ਸੋਨੂੰ, ਉਹਦਾ ਆਂਢ ਗੁਆਂਢ ਦੇ ਵਿੱਚ ਗੁਰਨਾਮ ਸਿੰਘ ਨਾਲ ਅਤੇ ਆਪਣੇ ਹਰਪ੍ਰੀਤ ਕੌਰ ਨਾਲ ਕੁਛ ਪਹਿਲਾਂ ਕੋਈ ਮਾੜਾ ਮੋਟਾ ਤਕਰਾਰ ਹੋਈ, ਉਹਨੂੰ ਸ਼ੱਕ ਸੀਗਾ ਹਰਪ੍ਰੀਤ ਅਤੇ ਗੁਰਨਾਮ ਅਤੇ ਰਾਏ ਸਿੰਘ ਨੂੰ ਵੀ ਇਹਦਾ ਕੋਈ ਸੰਬੰਧ ਆ ਹਰਪ੍ਰੀਤ ਕੌਰ ਨਾਲ, ਹਰਪ੍ਰੀਤ ਕੌਰ ਨਾਲ ਸੰਬੰਧ ਆ, ਉਸ ਹਿਸਾਬ ਨਾਲ ਇਹਦੇ 'ਤੇ ਇਲਜ਼ਾਮ ਵਗੈਰਾ ਲਗਾ ਰਹੇ ਸੀ, ਤਾਂ ਕਰਕੇ ਉਸ ਤੋਂ ਇਹਨੂੰ ਕਹਿੰਦੇ ਵੀ ਤੈਨੂੰ ਭਰੀ ਪੰਚਾਇਤ ਦੇ ਵਿੱਚ ਤੇਰੇ ਤੋਂ ਮਾਫ਼ੀ ਮੰਗਵਾਉਣੀ ਆ, ਆਹ ਗੱਲ ਹੋਈ। ਉਸ ਕਰਕੇ ਇਹਨੇ ਜਿਹੜਾ ਉੱਥੇ ਇਹ ਸ਼ਰਮ ਦੇ ਬਾਰੇ ਜਿਹਾ ਮਹਿਸੂਸ ਕਰਦੇ ਹੋਏ ਜਿਵੇਂ ਤੋਂ ਜਿਹੜੇ ਮਾਫ਼ੀ ਮੰਗਾਉਣਗੇ ਇਹਨੇ ਗਲ ਫਾਹ ਲੈ ਲਿਆ। ਕੀ ਨਾਮ ਸੀ ਮ੍ਰਿਤਕ ਦਾ? ਕਿਹੜਾ ਜੀ ਜਿਹੜਾ ਮਰਿਆ ਜੀ? ਉਹਦਾ ਮਨਦੀਪ ਸਿੰਘ। ਕਿਹੜੇ ਪਿੰਡ ਦਾ ਸੀ ਇਹ? ਮੁੱਲਾਪੁਰ ਕਲਾ। ਦੋ ਬੰਦੇ ਅਸੀਂ ਅਰੈਸਟ ਕਰ ਲਏ ਇਸ ਮੁਕੱਦਮੇ 'ਚ, ਮੁਕੱਦਮਾ ਨੰਬਰ 69 ਆ, ਅਤੇ ਕੱਲ੍ਹ 2 ਬੰਦੇ ਅਸੀਂ ਅਰੈਸਟ ਕਰਦੇ। ਕੀ ਨਾਮ? ਰਾਏ ਸਿੰਘ ਅਤੇ ਗੁਰਨਾਮ ਸਿੰਘ, ਦੋਨੇ ਸਕੇ ਭਰਾ ਨੇ, ਦੋ ਬੰਦੇ ਅਰੈਸਟ ਕਰਦੇ, ਇੱਕ ਬੰਦਾ ਇੱਕ ਲੇਡੀਜ਼ ਅਰੈਸਟ ਕਰਨ ਗਏ। ਓਕੇ, ਕਿਹੜੇ ਮਾਮਲੇ 'ਚ ਅਰੈਸਟ ਕੀਤਾ ਇਹਨਾਂ ਨੇ? ਇਹ 306 'ਚ ਕਰੇ ਜੀ। ਕੀ ਕੀਤਾ ਕੀ ਸੀ ਇਹਨਾਂ ਨੇ? ਇਹਨਾਂ ਨੇ ਕੋਈ ਦੋਸ਼ ਲਗਾਏ ਸੀ ਬੰਦੇ 'ਤੇ ਵੀ ਜਿਹੜੇ ਇਹ ਜਿਹੜਾ ਇਹਨਾਂ ਦਾ ਮਨਦੀਪ ਸਿੰਘ ਦਾ ਦੋਸ਼ ਲਾਏ ਨੇ ਵੀ ਇਹਦੇ ਹਰਪ੍ਰੀਤ ਕੌਰ ਨਾਲ ਸੰਬੰਧ ਸੀਗੇ। ਅੱਛਾ, ਮਨਦੀਪ ਸਿੰਘ ਜਿਹੜਾ ਲੜਕਾ ਮੰਨਿਆ ਵਾਲਾ ਜਿਹਨੇ ਪਾ ਲਿਆ, ਉਹਨੂੰ ਕਹਿੰਦੇ ਤੈਨੂੰ ਭਰੀ ਪੰਚਾਇਤ ਦੇ ਵਿੱਚ ਮਾਫ਼ੀ ਮੰਗਾਵਾਂਗੇ, ਇਸ ਨੂੰ ਨਬੋਸ਼ੀ ਨੂੰ ਦੇਖਦਾ ਹੋਇਆ ਉਹ ਜਿਹੜਾ ਗੱਲ ਪਾ।